ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੌਰ ਮਾਨਸ਼ਾਹੀ ਆ ਤੁਹਾਡਾ ਸਵਾਗਤ ਕਰਦੀ ਹਾਂ ਟੋਟ ਮਮਸ ਪੈਰਾਇਸ ਕਿਚਨ ਚੈਨਲ ਤੇ ਅੱਜ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਪੰਜੀਰੀ ਦੀ ਰੈਸਪੀ ਇਹ ਪੰਜੀਰੀ ਹੈ ਜੀ ਜਿਹੜਾ ਧੂਜ ਦਰਦਿਆਂ ਦਾ ਹੋਵੇ ਜਿਹਨੂੰ ਸਿਰਚ ਦਰਦਿਆਂ ਦਾ ਹੋਵੇ ਜੋੜਾਂ ਦਾ ਦਰਦ ਹੋਵੇ ਜਾਂ ਫਿਰ ਬੱਚਿਆਂ ਦੀ ਗਰੋਥ ਲਈ ਬੱਚਿਆਂ ਦੇ ਬ੍ਰੇਨ ਦੀ ਗਰੋਥ ਲਈ ਸਾਰੇ ਵੱਡੇ ਛੋਟੇ ਇਹਨੂੰ ਪੰਜੀਰੀ ਨੂੰ ਖਾ ਸਕਦੇ ਨੇ ਕਾਫੀ ਦਵਾਈਆਂ ਬਾਕੀ ਆਪੇ ਬਣਾਵਾਂਗੇ ਤੇ ਇਹ ਪੰਜੀਰੀ ਬਹੁਤ ਹੀ ਇਹ ਆਪਾਂ ਨੂੰ ਫਾਇਦੇਮੰਦ ਹੁੰਦੀ ਸਰਦੀ ਵਿੱਚ ਖਾਣੀ ਸ਼ੁਰੂ ਕਰਦੇ ਹਾਂ ਪਰ ਰੈਸਪੀ ਇਹ ਮੈਂ ਲੈ ਰਹੀ ਹਾਂ ਜੀ ਸਫੇ ਇਸ ਫੇ ਦਾ ਉਸਲੀ ਆਪਾਂ 100 ਗ੍ਰਾਮ ਲੈਣੀ ਆ ਤੇ ਸਤਾਵਰ ਆਪਾਂ ਲੈਣਾ 100 ਗ੍ਰਾਮ ਇਹ ਸਤਾਵਰ ਇਸ ਤਰ੍ਹਾਂ ਦਾ ਹੁੰਦਾ ਜੀ ਇਹ ਇਹ ਵੀ 100 ਗ੍ਰਾਮ ਉਸ ਤੋਂ ਬਾਅਦ ਆ ਗਿਆ ਆਪਣਾ ਪੰਜਾ ਇਹ ਪੰਜਾ ਹੈਗਾ 100 ਗ੍ਰਾਮ ਇਹ ਬਿਲਕੁਲ ਐਂਜਿਵੇਂ ਕੋਈ ਜਾਨਵਰ ਦਾ ਪੰਜੇ ਦੀ ਸ਼ੇਪ ਹੁੰਦੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਹੈ ਇਹ 100 ਗ੍ਰਾਮ ਹੈ ਵੀ ਉਸ ਤੋਂ ਬਾਅਦ ਆ ਗਿਆ ਸ਼ਾਲਮੇਸ਼ਰੀ ਇਹ ਵੀ 100 ਗ੍ਰਾਮ ਹੈ ਸ਼ਾਲਮੇਸ਼ਰੀ ਵੀ 100 ਗ੍ਰਾਮ ਇਸ ਤਰ੍ਹਾਂ ਦੀ ਦੀ ਸ਼ੇਪ ਹੈ ਉਹ ਸਾਰੇ ਦਵਾਈਆਂ ਤੁਸੀਂ ਕਰ ਸੁਣੀਆਂ ਹੁਣ ਮੈਂ ਵੀ ਜਦੋਂ ਫਸਟ ਟਾਈਮ ਹੀ ਪੰਜੀੜੀ ਬਣਾਈਤ ਦਵਾਈਆਂ ਪਾ ਕੇ ਮੈਂ ਵੀ ਸੁਣੀਆਂ ਨਹੀਂ ਸਕਈ ਦਵਾਈਆਂ ਤੇ ਇਹਦੇ ਵਿੱਚੋਂ ਇਹ ਚਾਰ ਚੀਜ਼ਾਂ ਆਪਾਂ 100-100 ਗ੍ਰਾਮ ਲੈ ਲਈਆਂ ਸਫੇਦ ਮੂਸਲੀ ਸਤਾਵਰ ਪੰਜਾ ਐਂਡ ਸਾਲਮਿਸ਼ਰੀ ਇਹ 100-100 ਗ੍ਰਾਮ ਨੇ ਚਾਰੇ ਚੀਜ਼ਾਂ ਉਸ ਤੋਂ ਬਾਅਦ ਆਪਾਂ ਲੈਣੇ ਜੀ ਲੋਧ ਲੋਧ ਆਪਾਂ ਲੈਣੀ ਹੈ 50 ਗ੍ਰਾਮ ਅਨੁਕੋ ਆਹ ਹੈ ਜੀ ਲੋਧ ਇਸ ਤਰ੍ਹਾਂ ਆ ਜਿਵੇਂ ਕੋਈ ਲੱਕੜ ਦਾ ਸੱਕ ਹੁੰਦਾ ਨਾ ਇਸ ਤਰ੍ਹਾਂ ਦੀ ਹੀ ਚੀਜ਼ ਹੈ ਇਹ 50 ਗ੍ਰਾਮ ਲੈਣੀ ਹੈ ਇਹ ਬਿਲਕੁਦ ਕੰਨ ਮੈਨੂੰ ਇਹ ਵੀ 50 ਗ੍ਰਾਮ ਲੈਣੇ ਬਿੱਲ ਹੁੰਦੇ ਪਹਿਲਾਂ ਉਹ ਦੱਸ ਦੁੰਦੇ ਸਾ ਮੰਮੀ ਹੋਰੀ ਕੇਸ ਖੇਤਾਂ ਚੋਂਦੇ ਹੁੰਦੇ ਹੁਣ ਪਤਾ ਨਹੀਂ ਇਸ ਤਰ੍ਹਾਂ ਮਿਲਦੇ ਨੇ ਉਸ ਤੋਂ ਬਾਅਦ ਲੈਣਾ ਫੁੱਲ ਸੁਪਾਰੀ ਇਹ ਵੀ ਇਹ ਲੈਣਾ ਆਪਾਂ 100 ਗ੍ਰਾਮ ਇਹ ਅਸਰ ਜਮੇ ਕੋਈ ਬੱਚੇ ਨਹੀਂ ਸਾਇੰਸ ਵਿੱਚ ਬ੍ਰੇਨ ਦਾ ਡਾਇਗਰਾਮ ਬਣਾਉਂਦੇ ਹੁੰਦੇ ਨੇ ਬ੍ਰੇਨ ਉਸ ਉਸ ਤਰ੍ਹਾਂ ਦਾ ਮੈਨੂੰ ਆਪਣਾ ਵੀ ਯਾਦ ਆ ਗਿਆ ਬ੍ਰੇਨ ਦਾ ਡਾਇਗਰਾਮ ਇਸ ਤਰ੍ਹਾਂ ਬਣਾਉਂਦੇ ਸੀ ਇਹ ਹੈਗਾ ਅਸ਼ਵਗੰਧਾ ਇਹ 100 ਗ੍ਰਾਮ ਲੈਣਾ ਆਪਾਂ ਫੁੱਲ ਸੁਪਾਰੀ ਅਸ਼ਵਗੰਧਾ 100-100 ਗ੍ਰਾਮ ਲੋਧ ਤੇ ਬਿਲਕੁਲ ਆਪਾਂ ਲੈਣੀਆਂ 50-50 ਗ੍ਰਾਮ ਉਸ ਤੋਂ ਬਾਅਦ ਜੀ ਆਪਣੀ ਗੁੰਦ ਹੋ ਗਈ ਕਮਰਕਾਸ ਇਹ ਕਮਰਕਾਸ ਹੈ ਕਮਰਕਾਸ 150 ਗ੍ਰਾਮ ਕਾਲੀ ਮਿਰਚ 50 ਗ੍ਰਾਮ ਤੇ ਖਸਖਸ 100 ਗ੍ਰਾਮ ਉਸ ਤੋਂ ਬਾਅਦ ਹੈਗੇ ਨੇ ਕਾਜੂ ਬਦਾਮ ਦਾਖਾਂ ਇਹ ਤੁਸੀਂ ਆਪਣੀ ਮਰਜ਼ੀ ਨਾਲ ਘੱਟ ਵੱਧ ਕਰ ਸਕਦੇ ਹੋ ਪਰ ਦਵਾਈਆਂ ਜੀ ਨੇ ਮੈਂ ਤੁਹਾਨੂੰ ਦੱਸਿਆ ਨੂੰ ਉਨੇ ਹੀ ਦੱਸਿਆ ਕਿ ਉਹ ਵੀ ਮੈਂ ਦੱਸਾਂਗੀ ਕਿੰਨੇ ਕਿ ਹੋਦੀਆਂ ਨੇ ਇਹ ਕਾਜੂ ਬਦਾਮ ਦਾ ਖਾਂ ਤੁਸੀਂ ਜੇ ਮਰਜ਼ੀ ਕਰ ਸਕਦੇ ਹੋ ਚਾਹੇ 5-500 ਗ੍ਰਾਮ ਪਾਓ ਚਾਹੇ 300 ਗ੍ਰਾਮ ਪਾਓ ਇਹ ਹੈ ਕਿ ਮੱਕਜ ਮੈਦੇ ਵੀ ਤੁਸੀਂ ਆਰਾਮ ਨਾਲ 2-250 ਗ੍ਰਾਮ ਪਾ ਸਕਦੇ ਹੋ ਇਹ ਹੈ ਕਿ ਗੁੰਦ ਇਹ ਗੁੰਦ ਦਾ ਪਾਊਡਰ ਮਿਲਿਆ ਮੈਨੂੰ ਇਹ 500 ਗ੍ਰਾਮ ਪਾਊਡਰ ਹੈ ਗੁੰਦ ਦਾ ਜਾਂ ਤੁਸੀਂ ਗੁੰਦ ਜਿਸ ਢਲੀਆਂ ਵਾਲੀ ਆਉਂਦੀ ਉਹਨਾਂ ਘਰੇ ਵੀ ਤੁਸੀਂ ਪੀਸ ਸਕਦੇ ਹੋ ਇਹ ਹੈ ਕਿ ਨਾਰੀਅਲ ਦਾ ਪੁਰਾਦਾ ਇਹ 250 ਗ੍ਰਾਮ ਨਾਰੀਅਲ ਦਾ ਪੁਰਾਦਾ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਅਜਵੈਨ ਹੈ ਅਜਵੈਨ ਹੈਗੀ 50 ਗ੍ਰਾਮ ਉਸ ਵਾਰ ਹੈ ਕੇਸਰ ਇਹ ਕੇਸਰ ਐਮ ਡੀ ਐਚ ਦਾ ਜੀ ਦੋ ਡੱਬੀਆਂ ਪਾ ਰਹੀ ਐ ਮੈਂ ਜੇ ਤੁਸੀਂ ਪਾਉਂਗੇ ਤਾਂ ਵਧੀਆ ਬ੍ਰਾਂਡ ਦਾ ਹੀ ਪਾਇਓ ਫੇਰ ਹੀ ਫਾਇਦਾ ਹੋਣਾ ਚੀਜ਼ ਜੇ ਆਪਾਂ ਵਧੀਆ ਕੁਆਲਿਟੀ ਦੀ ਲਈ ਤੇ ਹੈਗਾ ਫੁੱਲ ਮਖਾਣੇ ਇਹਨੂੰ ਇੰਗਲਿਸ਼ ਲੋਟਸ ਸੀਡਸ ਵੀ ਕਹਿੰਦੇ ਨੇ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਖਾਣ ਦੇ ਇਸ ਲਈ ਤੁਹਾਨੂੰ ਸੈਂਤ ਕਹਾਂਗੇ ਜੇ ਤੁਸੀਂ ਜ਼ਰੂਰ ਪਾਓ ਜੇ ਤੁਹਾਨੂੰ ਨਹੀਂ ਅچھے ਲੱਗਦੇ ਤਾਂ ਇਹਨੂੰ ਨਾ ਰੋਸਟ ਕਰਕੇ ਤੇ ਪਾਊਡਰ ਬਣਾ ਕੇ ਪਾ ਲਓ ਇਹ ਹੁਣ ਆਪਾਂ ਦਵਾਈਆਂ ਨੂੰ ਧੁੱਪ ਲਵਾ ਲਾਂਗੇ ਧੁੱਪੇ ਧਰ ਕੇ ਦਵਾਈਆਂ ਸਾਰੀਆਂ ਸਾਫ਼ ਕਰਕੇ ਤੁਸੀਂ ਤੁਹਾਨੂੰ ਆਪ ਇਹਨੂੰ ਕੁੰਡੇ 'ਚ ਪੀਸਾਂਗੇ ਕੁੰਡੇ 'ਚ ਪੀਸ ਕੇ ਫਿਰ ਮਿਕਸੀ 'ਚ ਪੀਸਾਂਗੇ ਜੇ ਡਾਇਰੈਕਟਲੀ ਮਿਕਸੀ 'ਚ ਪੀਸਾਂਗੇ ਤਾਂ ਮਿਕਸੀ ਖਰਾਬ ਹੋਣ ਦਾ ਡਰ ਰਹਿੰਦਾ ਇਸ ਲਈ ਪਹਿਲਾਂ ਕੁੰਡੇ ਵਿੱਚ ਥੋੜਾ ਇਹਨਾਂ ਨੂੰ ਭੰਨ ਕੇ ਬਰੀਕ ਕਰ ਲਾਂਗੇ ਇਹ 3 ਕਿਲੋ ਕਿਓ ਦੇ ਪਨੀਰੀ ਮੈਂ ਬਣਾ ਰਹੀ ਹਾਂ ਉਸ ਦੇ ਅਕੋਰਡਿੰਗਲੀ ਮੈਂ ਤੁਹਾਨੂੰ ਇਹ ਦਵਾਈਆਂ ਦਸੀਆਂ ਨੇ ਜੇ ਤੁਸੀਂ ਕਿਲੋ ਤੋਂ 2 ਕਿਲੋ ਬਣਾਉਣਾ ਚਾਹੁੰਦੇ ਹੋ ਫਿਰ ਤੁਸੀਂ ਉਸ ਹਿਸਾਬ ਨਾਲ ਦਵਾਈਆਂ ਦੇਖ ਕੇ ਪਾ ਲਓ ਇਹ 3 ਕਿਲੋ ਕਿਓ ਚ ਇਹ ਦਵਾਈਆਂ ਪਹਿਣੀਆਂ ਉਹ ਕੁੰਡੇ ਚ ਪਹਿਲਾਂ ਫਿਰ ਥੋੜਾ ਥੋੜਾ ਬਰੀਕ ਕਰ ਲਾਂਗੇ। ਕਾਫੀ ਜਿਆਦਾ ਸਖਤ ਹੁੰਦੀਆਂ ਨੇ ਦਵਾਈਆਂ। ਇਸ ਲਈ ਮਿਕਸੀ ਜਿ ਡਾਇਰੈਕਟ ਨਹੀਂ ਪਾਵਾਂਗੇ ਨਾ। ਤੇ ਤੁਪ ਲਵਾਉਣ ਤੋਂ ਬਾਅਦ ਥੋੜਾ ਆਸਾਨ ਵੀ ਹੋ ਜਾਂਦੇ ਨੇ ਪੀਸਣੀਆਂ। ਸੁਲਾਵੇ ਇਹਨਾਂ ਦੀ ਖਤਮ ਹੋ ਜਾਂਦੀ ਆ। ਉਸ ਤੋਂ ਬਾਅਦ ਦੇਖੋ ਮੈਂ ਤਾਂ ਮਿਕਸੀ ਚ ਪੀਸ ਲਿਆ ਔਰ ਪੀਸ ਕੇ ਫਿਰ ਛਾਣਾਂਗੇ। ਛਾਨਣੀ ਬਹੁਤ ਜ਼ਰੂਰੀ ਨੇ। ਅਦਰਵਾਈਜ਼ ਜੇ ਕਿਦੇ ਵਿੱਚ ਕੁਝ ਰਹਿ ਗਿਆ ਥੋੜਾ ਬਹੁਤਾ ਡੱਕਾ ਡੌੜ ਕੋਈ ਵੀ ਤਾਂ ਫਿਰ ਆਪਾਂ ਜੋ ਪੰਜੀਰੀ ਖਾਣੇ ਮੂੰਹ ਚ ਆਊਗਾ ਟੇਸਟ ਬਹੁਤ ਖਰਾਬ ਹੋ ਜਾਂਦਾ। ਜੋ ਕੁਝ ਡ ਰਹਿ ਗਿਆ ਇਹਨੂੰ ਆਪਾਂ ਦੁਬਾਰਾ ਫੇਰ ਪੀਸ ਲਾਂਗੇ ਇਹ ਸਾਰਾ ਪਾਊਡਰ ਆਪਾਂ ਛਾਣ ਲਏ ਦਵਾਈਆਂ ਦਾ ਉਹ ਸਾਰੀਆਂ ਦਵਾਈਆਂ ਮੈਂ ਇਦਾਂ ਛਾਣ ਲਈਆਂ ਪੀਸ ਕੇ ਛਾਣ ਲਈਆਂ ਤੇ ਪਾਊਡਰ ਬਣ ਗਿਆ ਸਾਰਿਆਂ ਦਾ ਪਾਊਡਰ ਬਣ ਕੇ ਤਿਆਰ ਹੁਣ ਆਪਾਂ ਬਣਾਉਣ ਜਾ ਰਹੇ ਪੰਜੀਰੀ ਉਹ ਪੰਜੀਰੀ ਬਣਾਉਣ ਲਈ ਪਹਿਲਾਂ ਕੜਾਹੀ ਵਿੱਚ ਥੋੜਾ ਜਿਹਾ ਪਾ ਕੇ ਨਾ ਉਸ ਦੇ ਵਿੱਚ ਜਿਹੜੇ ਮਖਾਣੇ ਪਾਉਣੇ ਸਪਾ ਲੋਟਸ ਸੀਡਸ ਇਹ ਰੋਸਟ ਕਰ ਲਾਂਗੇ ਕੁਫਰਾ ਦੇ ਇਹ ਕੱਚੀ ਤੇ ਪਾਈ ਨਹੀਂ ਆਂਦੇ ਹੈਗੇ ਇਹਨਾਂ ਨੂੰ ਕਿਉਂ ਚ ਕੱਢ ਲਾਂਗੇ ਪਹਿਲਾਂ ਇਹ ਤੁਹਾਨੂੰ ਨਹੀਂ ਅੱਛਾ ਲੱਗੇ ਉਸ ਪਾਊਡਰ ਬਣਾ ਕੇ ਪਾ ਲਓ ਬਾਤ ਤੁਸੀ ਖਾਏ ਉਹ ਜ਼ਰੂਰ ਹੈ ਉਸ ਵਾਦ ਦਾ ਖਪ ਕੜਾਈ ਚ ਪਾ ਲਿਆ 3 ਕਿਲੋ ਕਿਓ 3 ਕਿਲੋ ਕਿਓ 3 ਕਿਲੋ ਆਟਾ ਆਟਾ ਚਾਹੀਦਾ 1200 ਗ੍ਰਾਮ ਘਾਟੀ ਰੱਖ ਲਓ ਕਿਉਂਕਿ ਦਵਾਈਆਂ ਪਾਵਾਂਗੇ ਚੀਨੀ ਪਾਵਾਂਗੇ ਉਹ ਵੀ ਕਿਉਂ ਸੋਖਦੀ ਹੈ 3 ਕਿਲੋ ਦੇਸੀ ਕਿਓ 3 ਕਿਲੋ ਆਟਾ ਕਣਕ ਦਾ ਕਣਕ ਦੇ ਆਟੇ ਜਗ੍ਹਾ ਤੁਸੀਂ ਬੇਸਨ ਵੀ ਪਾ ਸਕਦੇ ਹੋ ਇਹ ਨਾਟਾ ਪੁੱਜ ਰੈਨ ਤੂੰ ਸਾਡਾ ਗਾਰਡਨ ਟੂਰ ਦੇਖ ਲਓ। ਦੇਖੋ ਸਾਡਾ ਗਾਰਡਨ। ਇਸ ਤੇ ਨੂੰ ਬਾੜੀ ਕਹਿੰਦੇ ਨੇ ਪਿੰਡਾਂ 'ਚ ਤਾਂ ਆਪਾਂ ਬਾੜੀ ਕਹਿੰਦੇ ਆ। ਫੁੱਲ-ਬੁੱਟੇ ਲਗਾਏ ਹੋਏ, ਫਲਾਂ ਦੇ ਬੁੱਟੇ ਲਗਾਏ ਨੇ, ਸਬਜ਼ੀ ਸਾਰੀ ਘਰੇ ਲਗਾਈ ਹੋਈ ਆ। ਘਰੇ ਸਬਜ਼ੀ ਲਗਾਈ ਆ ਸਾਰੀ। ਧਨੀਆ, ਪਾਲਕ, ਮੇਥੇ, ਮੂਲੀਆਂ, ਸ਼ਲਗਮ, ਗੋਭੀ, ਗਾਜਰਾ ਸਾਰਾ ਕੁਝ ਘਰੇ ਲਗਾਇਆ ਹੋਇਆ। ਜਰੂਰ ਬਿਲ ਕਰੇ ਫਰੈਸ਼ ਤੋੜੋ ਦਿਖਾਓ। ਹੋਇ ਫੁੱਲਾਂ ਦੇ ਬੂਟੇ ਲਗਾਏ ਹੋਏ ਨੇ ਬਾਹਰ ਚੁੱਲੇ ਤੇ ਪੰਜੀਰੀ ਬਣਾ ਰਹੀ ਸੀ ਮੈਂ ਸੋਚਿਆ ਚਲੋ ਸ਼ਾਮ ਦਾ ਟਾਈਮ ਸੀ ਬਹੁਤ ਹੀ ਸੋਹਣਾ ਲੱਗ ਰਹੀ ਸੀ ਬਾੜੀ ਤੁਹਾਨੂੰ ਦਿਖਾਦਾ ਕੋਸਾ ਦੇ ਬੂਟੇ ਲਗਾਏ ਨੇ ਨਿੰਬੂ ਦਾ ਚੀਕੂ ਦਾ ਅਮਰੂਦ ਕਿਨੂ ਔਰੇਂਜ ਇਹ ਪੀੜੇ ਥੋੜੇ ਜਿਹਾ ਔਰੇਂਜ ਵੀ ਲੱਗੇ ਹੋਏ ਨੇ ਇਨੂੰ ਬਾੜੀ ਕਹਿੰਦੇ ਹੁੰਦੇ ਆ ਕਿ ਸਾਡੀ ਬਾੜੀ ਆ ਇਹ ਤੁਸੀਂ ਆਪ ਦੀ ਪਾਸਸ਼ ਕੀ ਕਹਿੰਦੇ ਹੋਗੇ ਮੈਨੂੰ ਨਹੀਂ ਪਤਾ ਹਟਾ ਦੇਖੋ ਪੂਨ ਹੋ ਗਿਆ ਥੋੜਾ ਲਾਲ ਹੋ ਗਿਆ ਬਸ ਆਪਾਂ ਚੁੱਲੇ ਤੇ ਨਾ ਅੱਗ ਦੇ ਕਾਲਾ ਆਟਾ ਹੀ ਭੁੰਨਾ ਜੋ ਆਟਾ ਪੁੱਜ ਹੋ ਜਾਊਗਾ ਤਾਂ ਪਕੜਾ ਹੀ نیچے ਉਤਾਰ ਲੈਣੀ ਆ ਆਟਾ ਪੂਨ ਹੋ ਗਿਆ अच्छੀ ਜਿਹਾ ਲਾਲ ਕਰ ਲੈਣਾ ਆਟੇ ਨੂੰ ਉਸ ਸਮਾਂ ਦੇ ਵਿੱਚ ਆਪਾਂ ਹੌਲੀ-ਹੌਲੀ ਕਰਕੇ ਦਵਾਈਆਂ ਪਾਵਾਂਗੇ ਇਹ ਮੈਂ ਪਹਿਲਾਂ ਕਾਜੂ ਬਦਾਮ ਪਾਇਨ ਤਾਂ ਕਿ ਹਲਕਾ ਜਿਹਾ ਰੋਸਟ ਹੋ ਜੇ ਨੇ ਦੇ ਵਿੱਚ ਇਹਨੇ ਫારે ਗੁੰਨ ਦਾ ਪਾਊਡਰ ਦੀ ਦਵਾਈਆਂ ਨੂੰ ਆਪਾਂ ਚੁੱਲੇ ਤੇ ਪਾਵਾਂਗੇ ਅੱਗ ਤੇ ਰੱਖ ਕੇ ਪਾਵਾਂਗੇ ਫਿਰ ਉਹ ਦਵਾਈਆਂ ਦਾ ਨਾ ਅਸਰ ਖਤਮ ਹੋ ਜਾਂਦਾ ਬਿਲਕੁਲ ਕੰਮ ਨਹੀਂ ਕਰਦੇ ਸਗੋਂ ਉਲਟਾ ਉਹ ਤੁਹਾਡਾ ਤਜਾਬ ਬਣਾਉਣਗੇ ਹੋਰ ਬਿਮਾਰੀ ਤੁਹਾਨੂੰ ਲਾਉਣਗੇ ਇਸ ਲਈ ਪੰਜੀਰੇ ਵਿੱਚ ਕਦੇ ਵੀ ਕੋਈ ਦਵਾਈ ਪਾਉਣੇ ਹੋਵੇ ਵਿੱਚ ਚੁੱਲ੍ਹੇ ਤੋਂ ਕਢਾਈ ਲਾ ਕੇ ਨਾ ਅੱਗ ਤੋਂ ਉਤਾਰ ਕੇ ਫੇਰ ਹੀ ਦਵਾਈਆਂ ਪਾਉਣ ਦਾ ਫਾਇਦਾ ਆਦਰਵਾਸਤੋ ਦਵਾਈਆਂ ਦਾ ਅਸਰ ਖਤਮ ਹੋ ਜਾਂਦਾ ਮੈਂ ਇਹ ਦਵਾਈਆਂ ਦਾ ਪਾਊਡਰ ਮੈਂ ਬਣਾ ਕੇ ਰੱਖਿਆ ਸਾਰੀ ਪੀਸੀਆਂਸ ਦਵਾਈਆਂ ਉਹ ਪਾਵਾਂਗੇ ਥੋੜੇ ਥੋੜੇ ਕਰਕੇ ਪਾਵਾਂਗੇ ਇੱਕਦਮ ਇਹ ਵੀ ਨਾ ਆਪਾਂ ਸਾਰੀ ਇੱਕ ਜਗ੍ਹਾ ਹੀ ਪਾ ਦੇਣੀ ਪਾਈ ਜਾਮਾ ਅਸੀਂ ਮਿਕਸ ਕਰੀ ਚੱਲਾਂਗੇ ਆਟੇ ਨੂੰ ਸਾਰੇ ਨੂੰ ਆਪ ਸਿੱਖਣ ਦਾ ਜ਼ਰੂਰ ਧਿਆਨ ਰੱਖਣਾ ਹੁੰਦਾ ਕਿ ਆਪਾਂ ਦਵਾਈਆਂ ਥੱਲੇ ਲਾ ਕੇ ਕੜਾਹੀ ਅੱਗ ਤੋਂ ਉਤਾਰ ਕੇ ਫਿਰ ਦਵਾਈਆਂ ਪਾਈ ਤਾਂ ਕਿ ਆਪਾਂ ਨੂੰ ਉਹਨਾਂ ਦਾ ਫਾਇਦਾ ਮਿਲ ਸਕੇ ਜਦੋਂ ਸਰਦੀ ਸ਼ੁਰੂ ਹੋਈ ਹੋਂ ਤਾਂ ਪੰਜੀਰੀ ਮੇਥੇ ਖੋ ਆ ਗਾਜਰ ਪਾ ਕੇ ਸਖਾਰਾ ਕੰਮ ਸ਼ੁਰੂ ਹੋ ਜਾਂਦਾ ਉਹ ਟੇਸਟੀ ਵੀ ਲੱਗਦਾ ਠੰਡ ਵਿੱਚ ਖਾਦਾ ਵੀ ਜਾਂਦਾ ਔਰ ਬੱਚਿਆਂ ਨੂੰ ਖਵਾਉਣਾ ਵੀ ਚਾਹੀਦਾ। ਔਰ ਇਹ ਪੰਜੀਰੀ ਇਹ ਕੋਈ ਵੀ ਖਾ ਸਕਦਾ ਚਾਹੇ ਵੱਡਾ ਖਾਓ ਬੱਚਾ ਖਾਓ ਪਰ ਇਹਨਾਂ ਨੇ ਧਿਆਨ ਰੱਖਣਾ ਕਿ ਇਹਦੀ ਕੁਆਂਟੀਟੀ ਘੱਟ ਖਾਣੀ ਆ। ਕਿਉਂਕਿ ਕਾਫੀ ਦਵਾਈਆਂ ਇਹ ਪਾਈ ਹੋਈਆਂ ਨੇ ਤੇ ਗਰਮ ਵੀ ਹੁੰਦੀਆਂ ਨੇ ਦਵਾਈਆਂ ਇਸ ਲਈ ਥੋੜੀ ਕੁਆਂਟੀਟੀ 'ਚ ਖਾਓ। ਟੇਸਟ ਬਹੁਤ ਹੀ ਅੱਛਾ ਬਣਦਾ ਨੋਰਮਲ ਪੰਜੀਰੀ ਵਾਂਗੂ ਹੀ ਟੇਸਟ ਬਣਦਾ। ਆਇ ਸਾਲ ਅਸੀਂ ਇਹ ਪੰਜੀਰੀ ਬਣਾਉਣੀ ਆ ਕਿਉਂਕਿ ਮੈਨੂੰ ਖੁਦ ਨੂੰ ਬੈਕ ਦੀ ਬਹੁਤ ਪ੍ਰੋਬਲਮ ਰਹਿੰਦੀ ਆ। ਇਸ ਕਰਕੇ ਆਇ ਸਾਲ ਦੇਮ ਬੈਕ ਪੇਨ ਚ ਕਾਫੀ ਫਰਕ ਪੈਂਦਾ ਕਾਫੀ ਮੈਨੂੰ ਰਾਤ ਮਿਲਦੀ ਹੈ ਬੈਕ ਪੇਨ ਤੋਂ ਕਿਉਂਕਿ ਇਸ ਤਰ੍ਹਾਂ ਦਵਾਈਆਂ ਖਾਣਾ ਥੋੜੀ ਤਾਕਤ ਮਿਲਦੀ ਹੈ ਇਸ ਲਈ ਖਾਣੇ ਇਹ ਜ਼ਰੂਰੀ ਨੇ ਕਿ ਸਾਰੀਆਂ ਦਵਾਈਆਂ ਮੇ ਪਾਤੇ ਉਸ ਪਰ ਕੇਸਰ ਪਾਦਣਾ ਨੇ ਉਸ ਕੇਸਰ ਵੀ ਇਸ ਤਰ੍ਹਾਂ ਹੀ ਪਾਉਣਾ ਆਪ ਦਵਾਈਆਂ ਵਾਂਗੂ ਤੇ ਇੱਥੇ ਮਿਕਸ ਕਰ ਦੇਣਾ ਇਹ ਤੁਸ ਕਾਜੂ ਬਰਾਮ ਚਾਹੇ ਬਰੀਕ ਕੱਟ ਕੇ ਪਾਓ ਚਾਹੇ ਬਿਲਕੁਲ ਪੀਸ ਕੇ ਵਾ ਮੈਂ ਥੋੜੀ ਬਰੀਕ ਕੱਟ ਕੇ ਪਾਏ ਨੇ ਜੇ ਜੀ ਤੁਹਾਨੂੰ ਨਹੀਂ ਅੱਛੀ ਲੱਗਦੀ ਤੁਸੀਂ ਬਿਲਕੁਲ ਪਾਊਡਰ ਬਣਾ ਕੇ ਪਾ ਲਓ ਤਾਂ ਕੋਈ ਟੇਸਟ ਤਾਂ ਪਤਾ ਨਹੀਂ ਲੱਗਦਾ ਕਿ ਜਿਹੜੀ ਚੀਜ਼ ਕੋਈ ਬੱਚੇ ਨਹੀਂ ਖਾਂਦੇ ਤੁਸੀਂ ਪਾਊਡਰ ਬਣਾ ਲਓ ਟੇਸਟ ਵਿੱਚ ਕੋਈ ਫਰਕ ਨਹੀਂ ਪੈਂਦਾ ਟੇਸਟ ਬਹੁਤ ਅੱਛਾ ਰਹਿੰਦਾ ਪਨੀਰੀ ਦਾ ਤੇ ਹੁਣ ਆਪਾਂ ਪਾਉਣੇ ਚੀਨੀ ਨਾਲੇਲ ਦਾ ਬੁਰਾਦਾ 3 ਕਿਲੋ ਮਿਲ ਇਸ ਵਿੱਚ ਦੇਸੀ ਖੰਡ 3 ਕਿਲੋ ਕਿਉਂ 3 ਕਿਲੋ ਆਟਾ ਤੁਸੀਂ ਇੱਕ ਘੱਟ ਵੱਧ ਬਚਨ ਜਿਰੀ ਬਣਾਉਣੀ ਹੋ ਸਾਹ ਦੇਖ ਲਿਓ ਉਵੇਂ ਮੈਂ ਤੁਹਾਨੂੰ ਇਹ ਦਵਾਈਆਂ ਦੱਸਿਆ ਨੇ ਚੀਨੀ ਮੈਂ ਤਨੀ ਕਿਲੋ ਥੋੜੀ ਘੱਟ ਪਾਈ ਸੀ ਮੈਂ 200 ਗ੍ਰਾਮ 250 ਗ੍ਰਾਮ ਘੱਟੀ ਪਾਈ ਸੀ ਚੀਨੀ ਕਿਉਂਕਿ ਹਲਕਾ ਮਿੱਠਾ ਹੀ ਚੰਗਾ ਲੱਗਦਾ ਜਿਆਦਾ ਮਿੱਠਾ ਨਹੀਂ ਖਾਂਦਾ ਜਾਂਦਾ ਤੁਸੀਂ ਆਪ ਤੇ ਟੇਸਟ ਅਕੋਰਡਿੰਗ ਪਾ ਲਿਓ ਚੀਨੀ ਪਾ ਕੇ ਪਾਚਿਤਰਾ ਹਲਾਈ ਜਾਣਿਆ ਇਹਨੀ ਚੀਨੀ ਪਾ ਕੇ ਤੁਸੀਂ ਛੱਡ ਦਿਓ ਹਲਾਉਣਾ ਨਿਉ ਚੀਨੀ ਪਾਣੀ ਛੱਡ ਜਾਂਦੀ ਹੈ ਫਿਰ ਜੇ ਇੱਕ ਆਪ ਹਲਾਉ ਉਹਨੂੰ ਪਾ ਕੇ ਚੀਨੀ ਹਲਾਈਏ ਨਾ ਫਿਰ ਉਹ ਪਾਣੀ ਛੱਡ ਜਾਂਦੀ ਚੀਨੀ ਇਸ ਲਈ ਉਹਨੂੰ ਹਲਾਈ ਜਾਣਾ ਗਾ ਤਾਂ ਕੱਚੀ ਤਰ੍ਹਾਂ ਸਾਰਾ ਸਮਾਨ ਮਿਕਸ ਨਹੀਂ ਹੁੰਦਾ ਇਹਨੂੰ ਹਲਾਉਣਾ ਬਹੁਤ ਜ਼ਰੂਰੀ ਆ ਕਣਕ ਦੇ ਆਟੇ ਜਗ੍ਹਾ ਤੁਸੀਂ ਬੇਸਨ ਵੀ ਪਾ ਸਕਦੇ ਚੀਨੀ ਨਹੀਂ ਪਸੰਦ ਤੁਹਾਨੂੰ ਪਾਉਣੇ ਤੁਸੀਂ ਚੀਨੀ ਜਗ੍ਹਾ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਉਹ ਜਿਹੜੇ ਮਖਾਣੇ ਪਰੋਸਟ ਕਰਕੇ ਰੱਖੇ ਤੇ ਮੈਂ ਲਾਸਟ ਦੇ ਵਾਰੀਆਂ ਮੈਂ ਇਦਾਂ ਹੀ ਸਾਬਤੀ ਪਾ ਰਹੀ ਕਿਉਂਕਿ ਮੈਨੂੰ ਇਦਾਂ ਹੀ ਅੱਛੇ ਲੱਗਦੇ ਨੇ ਉਹ ਘਰੇ ਵੀ ਸਾਰੇ ਖਾ ਲਾਂਦੇ ਨੇ ਨਹੀਂ ਅੱਛੇ ਲੱਗਦੇ ਤੁਹਾਨੂੰ ਤਾਂ ਤੁਸੀਂ ਪੀਸ ਕੇ ਪਾ ਲਓ ਪਰ ਬਹੁਤ ਹੀ ਜ਼ਿਆਦਾ ਇਹ ਹੈਲਦੀ ਹੁੰਦੇ ਨੇ ਖਾਣੇ ਜ਼ਰੂਰ ਚਾਹੀਦੇ ਨੇ ਮੈਨੂੰ ਤਾਂ ਕ੍ਰਾਂਚੀ ਜਿਹਾ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਲਓ ਜੀ ਪੰਜੀਰੀ ਬਣ ਕੇ ਆਪਣੀ ਤਿਆਰ ਆ ਇਹਨੂੰ ਪੂਰੀ ਤਰੀਕੇ ਨਾਲ ਠੰਡੀ ਕਰਕੇ ਤੁਸੀਂ ਡੱਬੇ ਚ ਪਾ ਕੇ ਕੰਟੇਨਰ ਸਾਫ ਚ ਕੰਟੇਨਰ ਚ ਪਾ ਕੇ ਸਟੋਰ ਕਰ ਲਓ ਇਹ ਤੁਸੀ ਸਾਲ ਪਰ ਖਾਓ ਪਰ ਸਾਲ ਚਲਦੀ ਨਹੀਂ ਹੈਗੀ ਸਾਲ ਵੀ ਖਾਦੀ ਹੈ ਪਰ ਚਲਦੀ ਨਹੀਂ ਟੇਸਟੀ ਇੰਨੀ ਜ਼ਿਆਦਾ ਲੱਗਦੀ ਹੈ ਤੁਹਾਨੂੰ ਮੇਰੀ ਪੰਜੀਰ ਦੀ ਰੈਸਪੀ ਅੱਛੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਂ ਫਿਰ ਮਿਲੂੰਗੀ ਇੱਕ ਨਵੀਂ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਥੈਂਕਸ ਫਾਰ ਵਾਚਿੰਗ ਦ ਵੀਡੀਓ ਤੁਸੀਂ ਵੀ ਜ਼ਰੂਰ ਜ਼ਰੂਰ ਟਰਾਈ ਕਰੋ ਇਹ ਰੈਸਪੀ ਓਕੇ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ